ਬਾਪੂ ਗਰਮ ਹੈ ਠੰਡਾ ਹੀ ਹੋਣਾ ਚਲੋ ਹੁਣ ਬਾਪੂ ਨੂੰ ਅੰਦਰ ਲੈ ਕੇ ਚੱਲੀਏ ਹੁਣ ਤਾਂ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਵੀ ਤੁਹਾਡਾ ਬਾਪੂ ਰਾਜ ਵੀ ਖੁਸ਼ੀ ਘਰੇ ਆ ਗਿਆ ਓਏ ਆ ਜਾ ਬਾਪੂ ਅੰਦਰ ਚੱਲੀਏ ਆ ਜਾ ਸਾਡਾ ਪਰਦਾ ਫਾਸ਼ ਕਰਨ ਵਾਲੇ ਤੇ ਅਸੀਂ ਪਹਿਲਾਂ ਹੀ ਪਰਦਾ ਪਾ ਦਿੰਦੇ ਆ ਜੈ ਹੋ ਬਾਬਿਆਂ ਦੀ ਜੈ ਹੋ ਹਾਂ ਹਾਂ ਬੈਠੋ ਬੈਠੋ ਆਏ ਸੋਮ ਰਸਤੇ ਪਲਾ ਬਾਬਾ ਜੀ ਉਹ ਕੁੜੀ ਕੁਝ ਜ਼ਿਆਦਾ ਹੀ ਫੜਫੜਾ ਰਹੀ ਹੈ ਜਾਓ ਇਸ ਦਾ ਵੀ ਉਹੀ ਹਸ਼ਰ ਕਰੋ ਜੋ ਪਹਿਲੀਆਂ ਦਾ ਕੀਤਾ ਬਾਬਾ ਜੀ ਆਪਣੀ ਭੁੱਕੀ ਦੇ ਤਿੰਨ ਟਰੱਕ ਪਹੁੰਚ ਚੁੱਕੇ ਨੇ ਹੁਕਮ ਕਰੋ ਕਿੱਥੇ ਲਵਾਈਏ ਹਾਏ ਭੁੱਕੀ ਨਹੀਂ ਪੂਰਾ ਪ੍ਰਸ਼ਾਦ ਕਹੀਦਾ ਵੱਡੇ ਗਦਾਮ ਚਲਵਾ ਦਿਓ ਬਾਬਾ ਜੀ ਉੱਥੇ ਤਾਂ ਪਹਿਲਾਂ ਹੀ ਦੇਸੀ ਸ਼ਰਾਬ ਦੇ ਡਰੰਮ ਭਰੇ ਪਏ ਨੇ ਓਏ ਛੋਟੇ ਚਲਵਾ ਦਿਓ ਬਾਬਾ ਜੀ ਲੱਗਦਾ ਇਹਨੇ ਸਾਡੀਆਂ ਸਾਰੀਆਂ ਗੱਲਾਂ ਸੁਣਨੀਆਂ ਜੇ ਬਾਬਾ ਜੀ ਇਹ ਤਾਂ ਪਹਿਲਾਂ ਹੀ ਗੂੰਗੀ ਏ ਪਰ ਬਾਬਾ ਜੀ ਡਾਂਸ ਵੜਾ ਵਧੀਆ ਕਰ ਦੀ ਜੇ ਫਿਰ ਸਾਨੂੰ ਵੀ ਦੋ ਠੁਮਕੇ ਲਗਾ ਕੇ ਦਿਖਾ ਦੇ ਯਾਰ ਕੀ ਆਖ ਮੇਂ ਇੱਕ ਨਸ਼ਾ ਹੈ ਮੈਨੂੰ ਨਹੀਂ ਸੌਰੀ ਦਿਓ ਉਹਨੂੰ ਪੜੋ ਚਲੋ ਮੈਂ ਆਇਆ
ਬਾਬਾ ਜੀ ਚੜਾਤਾ ਗੱਡੀ। ਓਏ ਸ਼ਾਬਾਸ਼ ਓਏ ਮੇਰੇ ਸ਼ੇਰਾ। Well done, Mr. Vendra Chauhan. Well done. ਮੈਨੂੰ ਤੁਹਾਡੇ ਤੋਂ ਇਹ ਉਮੀਦ ਸੀ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਵੋਗੇ। ਥੈਂਕ ਯੂ ਸਰ। ਸਰ ਮੈਂ ਉਸ ਬਾਬੇ ਦੇ ਕਾਰਨਾਮੇ ਤੇ ਸਾਰੇ ਸਬੂਤ ਇਕੱਠੇ ਕਰ ਚੁੱਕਿਆ ਜੋ ਇਸ ਵੀਡੀਓ ਦੇ ਵਿੱਚ ਮੌਜੂਦ ਨੇ। ਸਰ ਮੈਨੂੰ ਅੱਗੇ ਆਰਡਰ ਦਿੱਤਾ ਜਾਵੇ ਕਿ ਮੈਂ ਬਾਬੇ ਦੇ ਖਿਲਾਫ ਕੋਈ ਕਾਰਵਾਈ ਕਰ ਸਕਾਂ। ਮਿਸਟਰ ਚੌਹਾਨ, ਆਈ ਐਮ ਗਿਵਿੰਗ ਯੂ ਫੁੱਲ ਅਥਾਰਟੀ, ਗੋ ਫਾਸਟ ਐਂਡ ਅਰੈਸਟ ਹਿਮ। ਯੈਸ ਸਰ। ਚੱਲ ਬਈ ਦੇਖੀ ਉਸ ਵੱਡੇ ਬਾਬੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਹਰ ਸਾਲ ਲਾਚੀਆਂ ਵਾਲੇ ਬਾਬੇ ਦੇ ਡੇਰੇ ਤੇ ਅਸੀਂ ਹਰ ਸਾਲ ਭੰਡਾਰਾ ਲਾਉਂਦੇ ਹਾਂ, ਐਤਕੀ ਵੀ ਉਸੇ ਹੀ ਤਰ੍ਹਾਂ ਡੇਰੇ ਤੇ ਭੰਡਾਰਾ ਲਾਈਏ, ਸੇਵਾ ਦਾਨ ਕਰੀਏ ਤੇ ਜੀਵਨ ਸਫਲ ਕਰੀਏ। ਸਾਹਿਬ ਇੱਕ ਮਿੰਟ ਰੁਕੋ। ਉਹ ਤੁਸੀਂ ਕੀ ਨਵੀਂ ਟੈਂਸ਼ਨ ਪਾਈ ਜਾਂਦੇ ਸਰਪੰਚ ਸਾਹਿਬ? ਹੈ ਤੁਸੀਂ ਆਪਦੇ ਤੇ ਆ ਪਿੰਡ ਵਾਲੇ ਜਵਾਕਾਂ ਦੇ ਮੂੰਹਾਂ ਚੋਂ ਕੱਢ ਕੇ ਉਹ ਪਖੰਡੀ ਬਾਬੇ ਤੇ ਉਹਦੇ ਚੇਲਿਆਂ ਦਾ ਢਿੱਡ ਭਰਦੇ ਹੋ, ਇਹਦੇ ਨਾਲ ਕੋਈ ਜੀਵਨ ਸਫਲ ਨਹੀਂ ਹੋਣ ਲੱਗਿਆ ਤੁਹਾਡਾ। ਓਏ ਓਏ, ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਸਰਪੰਚ ਸਾਹਿਬ? ਜੇ ਬਾਬਾ ਜੀ ਨੂੰ ਗੁੱਸਾ ਆ ਗਿਆ ਤਾਂ ਸਾਰੇ ਪਿੰਡ ਨੂੰ ਭਸਮ ਕਰਕੇ ਰੱਖ ਦੇਣਗੇ। ਉਹ ਬਾਬਾ ਜੀ ਤਾਂ ਤੁਰੇ ਜਾਂਦੇ ਪਾਣੀਆਂ ਨੂੰ ਅੱਗ ਲਾ ਦਿੰਦੇ ਨੇ। ਓਏ ਮੂਰਖਾ, ਤੂੰ ਪੜ੍ਹ ਲਿਖ ਕੇ ਵੀ ਕਿਹੋ ਜਿਹੀਆਂ ਗੱਲਾਂ ਕਰਦਾ? ਪਾਣੀ 'ਚ ਅੱਗ ਲਾਉਣਾ ਕੋਈ ਵੱਡੀ ਗੱਲ ਹੈ? ਅੱਜ ਕੱਲ੍ਹ ਦੇ ਸਾਇੰਸ ਦੇ ਜ਼ਮਾਨੇ ਵਿੱਚ ਇਹੋ ਜਿਹੇ ਕੈਮੀਕਲ ਤਿਆਰ ਹੋ ਚੁੱਕੇ ਨੇ ਕਿ ਥੋੜ੍ਹਾ ਜਿਹਾ ਪਾਣੀ 'ਚ ਪਾਓ ਅਤੇ ਅੱਗ ਲੱਗ ਜਾਂਦੀ ਆ, ਅਤੇ ਇਹੋ ਜਿਹੇ ਝੂਠੇ ਮੂਠੇ ਕਰਤਬ ਦਿਖਾ ਕੇ ਬਾਬਾ ਤੁਹਾਨੂੰ ਸਾਰਿਆਂ ਨੂੰ ਮਗਰ ਲਾਈ ਫਿਰਦਾ। ਓਏ ਬਾਬਾ, ਉਹ ਕੋਈ ਰੱਬ ਦਾ ਭਗਤ ਨਹੀਂ ਹੈਗਾ, ਉਹ ਤਾਂ ਮਾਇਆ ਦਾ ਭਗਤ ਹੈ, ਮਾਇਆ ਦਾ, ਅਤੇ ਉਹਨੇ ਇਸ ਭਗਤ ਪੁਣੇ ਦੀ ਆੜ ਵਿੱਚ ਪਤਾ ਕਿੰਨੇ ਧੰਦੇ ਤੋਰੇ ਹੋਏ ਨੇ ਦੋ ਨੰਬਰ ਦੇ। ਬਸ ਸਰਪੰਚ ਸਾਹਿਬ ਬਸ, ਅਸੀਂ ਆਪਣੀ ਬੇਇੱਜ਼ਤੀ ਹੋਰ ਨਹੀਂ ਕਰਵਾ ਸਕਦੇ। ਬਹੁਤ ਹੋ ਗਿਆ ਸਰਪੰਚ ਸਾਹਿਬ। ਸਰਪੰਚ ਸਾਹਿਬ, ਇਸ ਮੁੰਡੇ ਨੇ ਸਾਡਾ ਨਹੀਂ ਸਾਡੇ ਬਾਬਾ ਜੀ ਦਾ ਅਪਮਾਨ ਕੀਤਾ ਹੈ। ਪਿੰਡ ਵਾਲਿਓ, ਇੱਕ ਗੰਦੀ ਮਛਲੀ ਦਾ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਤੇ ਉਹ ਤੁਹਾਡਾ ਬਾਬਾ ਉਹੀ ਗੰਦੀ ਮਛਲੀ ਹੈ ਜਿਹਨੇ ਸਾਰੇ ਪਿੰਡ ਨੂੰ ਗੰਦਾ ਕੀਤਾ ਪਿਆ। ਪਿੰਡ ਵਾਲਿਓ, ਆ ਵੀਰ ਜੋ ਕਹਿ ਰਿਹਾ ਉਹ ਸੱਚ ਆ, ਉਹ ਜਿਸ ਨੂੰ ਤੁਸੀਂ ਬਾਬਾ ਕਹਿ ਰਹੇ ਹੋ ਨਾ, ਉਹ ਫੀਮ ਚਰ ਸਮੈਕ ਦਾ ਬਲੈਕੀ ਆਇਆ, ਉਹ ਭਗਵੇਂ ਚੋਲੇ ਪਾ ਕੇ ਕਾਲੀਆਂ ਕਰਤੂਤਾਂ ਕਰਦਾ ਆ। ਜਿਹੜੇ ਪਿੰਡ 'ਚ ਕੁੜੀਆਂ ਦੇ ਕਤਲ ਹੋਏ ਨੇ ਉਹਨਾਂ ਕਰਤੂਤਾਂ ਦਾ ਮਾਲਕ ਵੀ ਉਹ ਬਾਬਾ ਆ। ਜਨਾਬ, ਉਹ ਕੁੜੀਆਂ ਕਿਸੇ ਹੋਰ ਪਿੰਡ ਦੀਆਂ ਹੋਣਗੀਆਂ। ਜਿਹੜੀਆਂ ਹੋਰ ਕਿਸੇ ਪਿੰਡ ਦੀਆਂ ਸੀ ਉਹ ਕਿਸੇ ਦੀਆਂ ਧੀਆਂ ਭੈਣਾਂ ਨਹੀਂ। ਓਏ ਪਿੰਡ ਵਾਲਿਓ, ਉਸ ਪਖੰਡੀ ਬਾਬਾ ਨੇ ਬਾਹਰਲਾ ਪਿੰਡ ਨੂੰ ਹੱਥ ਪਾਇਆ ਹੈਗਾ, ਕੱਲ ਤੁਹਾਡੇ ਪਿੰਡ ਦੇ ਵਿੱਚ ਹੱਥ ਪਾਊਗਾ। ਜੇ ਉਹਨੂੰ ਇੱਥੇ ਨਾ ਰੋਕਿਆ ਗਿਆ ਤੇ ਕੱਲ ਨੂੰ ਤੁਹਾਡੇ ਪਿੰਡ ਤੇ ਤੁਹਾਡੇ ਘਰ ਦੀ ਇੱਜ਼ਤ ਦਾ ਵੀ ਸ਼ਿਕਾਰ ਕਰ ਸਕਦਾ ਹੈ। ਪਿੰਡ ਵਾਲਿਓ, ਅੱਜ ਕਾਨੂੰਨ ਤੁਹਾਡੇ ਨਾਲ ਆ, ਅਸੀਂ ਚਾਹੁੰਦੇ ਆ ਸਾਰਾ ਪਿੰਡ ਸਾਡਾ ਸਾਥ ਦੇਵੇ ਕਿ ਅਸੀਂ ਉਸ ਪਖੰਡੀ ਬਾਬੇ ਦੀ ਜੜ ਪੁੱਟ ਸੁੱਟੀਏ। ਥਾਣੇਦਾਰ ਸਾਹਿਬ, ਅਸੀਂ ਤਿੰਨੋਂ ਭਰਾ ਤੇ ਸਾਰਾ ਪਿੰਡ ਤੁਹਾਡੇ ਨਾਲ ਆ। ਜੇ ਤੁਸੀਂ ਸਾਡੇ ਨਾਲ ਹੋ, ਇਹੋ ਜਿਹੀ ਕੋਈ ਤਾਕਤ ਨਹੀਂ ਜਿਹੜੀ ਸਾਨੂੰ ਬਾਬੇ ਨੂੰ ਅੰਦਰ ਕਰਨ ਤੋਂ ਰੋਕ ਸਕੇ।